ਸਾਰਿਆਂ ਦਾ ਵਾਪਸ ਸਵਾਗਤ ਹੈ ਤੁਹਾਨੂੰ ਪੰਜਾਬੀ ਕਹਾਣੀਆਂ ਚੈਨਲ ਉੱਪਰ। ਅੱਜ ਜਿਹੜਾ ਨਾਵਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਉਸ ਨਾਵਲ ਦਾ ਨਾਮ ਹੈ ਪੂਰਨਮਾਸੀ ਅਤੇ ਇਹ ਨਾਵਲ ਲਿਖਿਆ ਹੈ ਜਸਵੰਤ ਸਿੰਘ ਕਨਵਲ ਨੇ ਅਤੇ ਇਹਦਾ ਜਿਹੜਾ ਪਹਿਲਾ ਭਾਗ ਹੈ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਪਹਿਲਾ ਭਾਗ ਕੁਝ ਇਸ ਤਰ੍ਹਾਂ ਹੈ। ਜੱਟ ਤੇਰੀ ਜੂਣ ਬੁਰੀ ਹਾਲ ਛੱਡ ਕੇ ਚਰੀ ਨੂੰ ਜਾਣਾ, ਜੱਟ ਤੇਰੀ ਜੂਣ ਬੁਰੀ ਹਾਲ ਛੱਡ ਕੇ ਚਰੀ ਨੂੰ ਜਾਣਾ। ਨੂੰ ਹਨੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਸਹਿਜ ਆਤਮਾ ਵਿੱਚ ਜੋੜਦੇ ਹਨ। ਖਾਲੀ ਖੇਤਾਂ ਵਿੱਚ ਜੋਗ ਪਿੱਛੇ ਆਰਥਿਕ ਹਾਲਤ ਵਿੱਚ ਬੁੱਢੀ ਹੋ ਰਹੀ ਜ਼ਿੰਦਗੀ ਨੂੰ ਮਿੱਠੀ ਅਤੇ ਲੰਮੀ ਹੋਪ 'ਚ ਗਾ ਗਾ ਕੇ ਬਚਾਉਂਦੇ ਹਨ। ਐਸੇ ਹੀ ਸਵੇਰ ਵਿੱਚ ਕਈ ਸੁਆਣੀਆਂ ਨੂੰ ਪੀਹ ਕੇ ਡੰਗ ਟਪਾਉਣ ਦਾ ਫਿਕਰ ਪਿਆ ਹੁੰਦਾ ਹੈ ਅਤੇ ਉਹਨਾਂ ਦੇ ਜਵਾਨ ਡੋਲੇ ਚੱਕੀ ਪੀਂਦੇ ਗੰਢ ਵਿੱਚੋਂ ਆਟੇ ਦੀ ਲਗਾਤਾਰ ਧਾਰ ਵਗਾ ਦਿੰਦੇ ਹਨ। ਬਹੁਤ ਸੁਆਣੀਆਂ ਚਾਟੀਆਂ ਵਿੱਚ ਮਧਾਣੀਆਂ ਪਾ ਕੇ ਦੁੱਧ ਰਿੜਕਣਾ ਸ਼ੁਰੂ ਕਰ ਦਿੰਦੀਆਂ ਹਨ। ਪੇਂਡੂ ਜਵਾਨੀ ਮੱਖਣਾ ਵਿੱਚ ਘੁਲ ਕੇ ਲਿਸ਼ਕਦੀ ਹੈ। ਅਮਲੀ ਰਜਾਈਆਂ ਹੇਠ ਉੱਗਦੇ ਪਾਲੇ ਅਤੇ ਨਸ਼ੇ ਦੀ ਤੋੜ ਦੇ ਪੰਨੇ ਹੰਡ ਇਕੱਠੇ ਕਰਨ ਦਾ ਯਤਨ ਕਰਦੇ ਹਨ। ਕੁੱਕੜ ਦੀ ਬਾਂਗ ਸੁਣ ਕੇ ਉਹ ਰਜਾਈ ਦਾ ਉੱਚਾ ਹੋਇਆ ਲੜ ਦੱਬ ਕੇ ਫਿਰ ਸੌ ਜਾਂਦੇ ਹਨ, ਜਿਵੇਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਮੂਲ ਉਤਸ਼ਾਹ ਅਮਲੋਂ ਮੁੱਕ ਗਿਆ ਹੋਵੇ। ਨਵੇਂ ਪਿੰਡ ਦੀ ਨਿਆਈ ਵਿੱਚ ਇੱਕ ਖੂਹ ਚੱਲ ਰਿਹਾ ਸੀ। ਪੈਰ ਦੁਆਲੇ ਬੇਤਾ ਆਵਾਗਮਨ ਦੀ ਫੇਰੀ ਵਾਂਗ ਘੁੰਮ ਰਿਹਾ ਸੀ। ਉਸਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ ਸੀ, ਗੱਲ ਚੱਕਰ ਦਾ ਕੋਈ ਸਿਰਾ ਨਹੀਂ ਗੱਲ ਚੱਕਰ ਦਾ ਕੋਈ ਸਿਰਾ ਨਹੀਂ ਨਾ ਹੁੰਦਾ। ਭਰੀਆਂ ਟਿੰਡਾਂ ਜੀਵਨ ਦੇ ਬਲਬਲਿਆਂ ਵਾਂਗ ਭਰ ਕੇ ਉੱਛਲਦੀਆਂ ਅਤੇ ਖਾਲੀ ਹਸਰਤ ਆਹਾਂ ਵਾਂਗ ਘਿਰਦੇ ਖੂਹ ਵਿੱਚ ਮੁੜ ਕੁੱਬੀ ਮਾਰ ਜਾਂਦੀਆਂ। ਹਲਟ ਦੀ ਚਾਲ ਜ਼ਿੰਦਗੀ ਦੀ ਜੱਦੋ ਜਹਿਰ ਦਾ ਸੰਦੇਸ਼ ਬਣੀ ਹੋਈ ਸੀ। ਯਾਦ ਦੇ ਆਪ ਮੁਹਾਰੇ ਵਹਾ ਵਾਂਗ ਪਾਣੀ ਆੜ ਵਿੱਚ ਦੀ ਖੇਤਾਂ ਨੂੰ ਰੁੜਿਆ ਜਾ ਰਿਹਾ ਸੀ। ਬੁੜੀਆਂ ਕੋਲ ਕੁੱਤੇ ਦੀ ਵੱਜਦੀ ਟੱਚ ਟੱਚ ਕਿਸਾਨ ਮਾਲਕ ਨੂੰ ਦੱਸਦੀ ਕਿ ਉਸਦਾ ਛੋਟਾ ਸੰਸਾਰ ਚੱਲ ਰਿਹਾ ਹੈ। ਪਾਣੀ ਦਾ ਪ੍ਰਵਾਹ ਪਾਲੇ ਨਾਲ ਮੁਰਝਾਈ ਸੋਚੀ ਨੂੰ ਉਦੇਸਾਂ ਦਾ ਅਵਸਰ ਦੇ ਰਿਹਾ ਸੀ। ਦੋ ਦੋ ਤਿੰਨ ਤਿੰਨ ਐਂਗਲ ਡੁਬੋ ਰਿਹਾ ਸੀ। ਖੂਹ ਦੇ ਨੇੜੇ ਦੇ ਤਿੰਨ ਵਾਲੇ ਮਨੁੱਖ ਜਿਹੜੀਆਂ ਉੱਚੀਆਂ ਕੰਧਾਂ ਨਾਲ ਵਲੇ ਹੋਏ ਸਨ। ਕੱਚੀਆਂ ਕੰਧਾਂ ਮਾਰੂ ਮੀਹਾਂ ਦੀ ਵਾਛੜ ਵਿੱਚ ਵੀ ਸਿਦਕਵਾਣ ਹੋਈਆਂ ਖੜੀਆਂ ਸਨ। ਚੀਕ ਨੇ ਛੱਪੜਾਂ ਵਿੱਚੋਂ ਕੰਧਾਂ ਦੀਆਂ ਇੱਟਾਂ ਨੂੰ ਕਿਸਾਨ ਨੇ
ਵਿਹਲੇ ਰੁੱਤ ਵਿੱਚ ਕਹੀਆਂ ਅਤੇ ਗੰਦਾਲੀਆਂ ਨਾਲ ਹਿਲਾ ਹਿਲਾ ਕੇ ਕੱਟਿਆ ਸੀ। ਵਾੜੀਆਂ ਵਿੱਚ ਮੱਕੀ ਤੇ ਚਰੀ ਦੀਆਂ ਪੋਲੀਆਂ ਦੀਆਂ ਵੱਡੀਆਂ ਵੱਡੀਆਂ ਦਣਾਂ ਲੱਗੀਆਂ ਹੋਈਆਂ ਸਨ। ਬਹੁਤੀਆਂ ਦੁਆਲੇ ਕੰਡਿਆਲੀਆਂ ਵਾੜਾਂ ਕੀਤੀਆਂ ਹੋਈਆਂ ਸਨ ਅਤੇ ਬੇਹਿੰਮਤਿਆਂ ਦੀਆਂ ਦਣਾਂ ਵਿੱਚ ਪਛੂਆਂ ਨੂੰ ਖਾ ਖੋਹ ਕੇ ਘੂਰਨੇ ਪਾ ਛੱਡੇ ਸਨ। ਗੋਹੇ ਨੂੰ ਪਾਥੀਆਂ ਬਣੀਆਂ ਸਾੜੀਆਂ ਜਾ ਰਿਹਾ ਸੀ, ਜਿਹੜਾ ਪੈਲੀ ਦੀ ਉਪਜ ਵਿੱਚੋਂ ਸਭ ਤੋਂ ਸਹਾਈ ਹੁੰਦਾ ਹੈ। ਗੋਹਾ ਕਿਸਾਨ ਦਾ ਚੰਗਾ ਮਿੱਤਰ ਹੈ, ਪਰ ਅਫਸੋਸ, ਜਿੱਥੇ ਬਲ ਹੈ ਉੱਥੇ ਸਿਆਣਪ ਨਹੀਂ, ਜਿਸ ਕਰਕੇ ਪਿੰਡਾਂ ਵਿੱਚ ਹਾਰੀ ਜ਼ਿੰਦਗੀ ਵਿੰਗੇ ਲੱਕ ਉੱਬੀ ਉੱਬੀ ਜੀ ਰਹੀ ਹੈ। ਕਿਆਰੇ ਮੋੜ ਦੇ ਕਿਸਾਨ ਨੇ ਨੇੜੇ ਦੇ ਖੇਤ ਵਿੱਚੋਂ ਬੋਤੇ ਨੂੰ ਹੂੰ ਹੂੰ ਬੋਤਿਆ ਆਖ ਲਲਕਾਰਾ ਮਾਰਿਆ। ਬੋਤੇ ਦੀ ਚਾਲ ਵਿੱਚ ਇੱਕਦਮ ਫੁਰਤੀ ਆ ਗਈ ਅਤੇ ਕੁੱਤੇ ਦੀ ਹੌਲੀ ਹੌਲੀ ਵੱਜਦੀ ਟੱਚ ਟੱਚ ਨਾਚ ਦੇ ਕਾਲੇ ਸਾਜ ਵਿੱਚ ਟਿਚ 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 ਕਰ ਉੱਠੀ। ਬੈਂਤ ਤੋਂ ਦੀ ਘੁੰਮਦੀਆਂ ਟਿੰਡਾਂ ਦਾ ਪਾਣੀ ਪਾਰਸੀ ਦੀ ਥਾਂ ਬਹੁਤਾ ਖੂਹ ਵਿੱਚ ਡੁੱਲਣ ਲੱਗਾ। ਕਦੇ ਕਦੇ ਮਾਹਲ ਦੇ ਬੈੜ ਦੀਆਂ ਰੱਬੀਆਂ ਤੋਂ ਉਤਾਂਹ ਹੇਠਾਂ ਹੋਣ ਨਾਲ ਇੱਕ ਤਕੜਾ ਧੜਕਾ ਪੈਦਾ ਹੋਣਾ, ਜਿਸ ਦੇ ਖੜਾਕ ਨਾਲ ਨੇੜ ਤੇੜ ਦੇ ਘਰਾਂ ਵਿੱਚ ਖਬਰ ਹੋ ਜਾਂਦੀ ਸੀ ਕਿ ਅੱਜ ਨਿਆਈ ਵਾਲਾ ਖੂਹ ਵੱਧ ਰਿਹਾ ਹੈ। ਕਈਆਂ ਜੱਟੀਆਂ ਨੂੰ ਟੱਬਰ ਦੇ ਮੈਲੇ ਕੱਪੜੇ ਧੋਣ ਲੱਗ ਜਾਂਦੇ ਹਨ ਅਤੇ ਆਪਣੇ ਕੰਮਾਂ ਨੂੰ ਛੋਲੀ ਨਾਲ ਨਿਬੇੜਨ ਲੱਗ ਜਾਂਦੇ ਹਨ। ਕਿਸਾਨ ਵਗਦੇ ਖਾਲ ਦੀ ਵੱਟੇ ਵੱਟ ਖੂਹ 'ਤੇ ਆ ਗਿਆ। ਰਾਹ ਵਿੱਚ ਵਗਦੇ ਪਾਣੀ ਨੂੰ ਧਿਆਨ ਨਾਲ ਵੇਖਦਾ ਆਇਆ ਕਿਤੇ ਪਾਣੀ ਟੁੱਟ ਤਾਂ ਨਹੀਂ ਗਿਆ। ਖੂਹ ਦੇ ਪਾਣੀ ਦਾ ਫਸਲ ਟੁੱਟ ਖਾਣਾ ਜੱਟ ਨੂੰ ਬੜਾ ਦੁਖੀ ਕਰਦਾ। ਅਜਿਹੇ ਮੌਕੇ ਉਹ ਕਦੇ ਆਪ ਨੂੰ ਤੇ ਕਦੇ ਰੱਬ ਨੂੰ ਗਾਲਾਂ ਦੋਨੋਂ ਸੰਕੋਚ ਨਹੀਂ ਕਰਦਾ, ਕਿਉਂਕਿ ਕਿਸਾਨ ਦੇ ਵਿਸ਼ਵਾਸ ਵਿੱਚ ਰੱਬ ਹਰੇਕ ਚੰਗੇ ਮੰਦੇ ਕੰਮ ਦਾ ਕਰਤਾ ਹੈ। ਕਿਸਾਨ ਨੇ ਮੋਢੇ ਤੋਂ ਕਹੀ ਲਾ ਕੇ ਇੱਕ ਪਾਸੇ ਰੱਖੀ ਅਤੇ ਵਗਦੇ ਬੋਤੇ ਨੂੰ ਮੁਹਾਰ ਤੋਂ ਫੜ ਬੁਸ਼ਕਾਰ ਮਾਰ ਹੋਕਿਆ। ਸਿਆਣਾ ਜਾਨਵਰ ਝੱਟ ਦਮ ਲੈਣ ਲਈ ਰੁਕ ਗਿਆ। ਬੋਤਾ ਪਿਛਲੀਆਂ ਲੱਤਾਂ ਚੌੜੀਆਂ ਕਰਕੇ ਚੇੜ ਕਰਨ ਲੱਗਾ। ਮਾਲਕ ਨੇ ਬੀੜੀ ਉਸਦੇ ਕੰਨ ਤੋਂ ਥੋੜ੍ਹੀ ਥੱਲੇ ਕਰਵਾ ਦਿੱਤੀ ਤਾਂ ਜੋ ਅੰਬੀ ਥਾਂ ਨੂੰ ਹਵਾ ਲੱਗ ਜਾਵੇ। ਹੁਣ ਥੋੜ੍ਹਾ ਚਾਨਣ ਹੋ ਚੁੱਕਾ ਸੀ। ਹਲਟ ਦੇ ਖਲੋ ਜਾਣ ਨਾਲ ਉਸਦੇ ਚੱਲਣ ਵੇਲੇ ਦਾ ਰੌਲਾ ਮੁੱਕ ਗਿਆ ਸੀ। ਆਤੇ ਨੇੜੇ ਦੇ ਵਾੜੇ ਵਿੱਚ ਕਿਸੇ ਦੇ ਪਾਥੀਆਂ ਪੱਥਣ ਦੀ ਆਵਾਜ਼ ਆ ਰਹੀ ਸੀ। ਕਦੇ ਕੋਈ ਬੰਦਾ ਮੈਦਾਨ ਜਾਂਦਾ ਦਿਖਾਈ ਦਿੰਦਾ। ਬੋਤੇ ਦੇ ਪਿਸ਼ਾਬ ਕਰ ਹਟਣ ਪਿੱਛੋਂ ਮਾਲਕ ਨੇ ਫੇਰ ਬੀੜੀ ਉੱਤੇ ਕਰ ਦਿੱਤੀ ਅਤੇ ਹੁੰਗਰ ਮਾਰ ਕੇ ਉਸਨੂੰ ਤੋਲ ਦਿੱਤਾ। ਪਾਸੇ ਵਿੱਚ ਹੁਣ ਫਿਰ
ਟਿੰਡਾਂ ਦੀਆਂ ਲਗਾਤਾਰ ਧਾਰਾਂ ਪੈਣ ਲੱਗੀਆਂ ਅਤੇ ਖਾਲ ਦਾ ਉਤਰਿਆ ਪਾਣੀ ਸਹੀ ਟਿਕਾਣੇ ਵਗਣ ਲੱਗਾ। ਕਿਸਾਨ ਕਹੀਂ ਚ ਬੱਚੇ ਵਿੱਚ ਰੱਖ ਕੇ ਬਹਿ ਗਿਆ ਅਤੇ ਜੁੱਤੀ ਲਾ ਕੇ ਠਰੇ ਪੈਰਾਂ ਨੂੰ ਖੂਹ ਦੇ ਨਿਕਲਦੇ ਨਿੱਕੇ ਪਾਣੀ ਵਿੱਚ ਨਿਗਾਸ ਦੇਣ ਲਈ ਰੱਖ ਲਿਆ। ਉਦੋਂ ਹੀ ਕਿਸੇ ਨੇ ਲੋਹੇ ਦੀ ਕੜਾਹੀ ਕੋਲ ਰੱਖੀ ਅਤੇ ਉਸਦੀ ਆਵਾਜ਼ ਨਾਲ ਕਿਸਾਨ ਤ੍ਰਭਕਿਆ, ਕੌਣ ਏ? ਫਿਰ ਆਪ ਹੀ ਜਨਾਨੀ ਵੇਖ ਕੇ ਚਿੱਪੜ ਗਿਆ। ਰੂਪ ਅੱਜ ਤੈਨੂੰ ਪਾਣੀ ਚ ਕੀ ਵਕਤ ਪਿਆ ਏ? ਤੀਵੀ ਨੇ ਰੂਪ ਨੇ ਯੂੰ ਕਿਹਾ ਜਿਵੇਂ ਉਸ ਨਾਲ ਅੱਗੇ ਵੀ ਗੱਲਾਂ ਬਾਤਾਂ ਦੀ ਬੁੱਕਲ ਖੁੱਲੀ ਹੋਵੇ। ਮੈਂ ਤਾਂ ਡਰ ਹੀ ਗਿਆ ਸੀ ਬਚਨੋ, ਚੋਰਾਂ ਵਾਂਗ ਤੂੰ ਗੈਪ ਚ ਕਿੱਧਰੋਂ ਨਿਕਲ ਆਈ। ਤੈਨੂੰ ਸਾਰੇ ਚੋਰ ਹੀ ਦਿਸਦੇ ਆ। ਬਚਨੋ ਖਾਲ ਦੀ ਵੱਟ ਉੱਤੇ ਗੋਹੇ ਨਾਲ ਲਿਬੜੇ ਹੱਥ ਧੋ ਬਹਿ ਗਈ। ਤੂੰ ਬਚ ਕੇ ਰਹੀ ਕਿਤੇ ਲੁੱਟਿਆ ਨਾ ਜਾਈ, ਅੰਦਰੋਂ ਤਾਂ ਸਾਰਾ ਲੁੱਟਿਆ ਪਿਆ ਆ। ਬਚਨੀ ਨੇ ਚੁਫੇਰੇ ਤੱਕਦਿਆਂ ਆਖਿਆ, ਤੈਨੂੰ ਕਿਹਨੇ ਲੁੱਟ ਲਿਆ? ਤੂੰ ਤਾਂ ਇਉਂ ਪੁੱਛਦੀ ਹੈ ਜਿਵੇਂ ਤੈਨੂੰ ਕੁਛ ਪਤਾ ਹੀ ਨਾ ਹੁੰਦਾ। ਰੂਪ ਨੇ ਟੇਢਿਆਂ ਵੇਖਦਿਆਂ ਕਿਹਾ, ਮੈਂ ਕਿਹੜਾ ਅੰਤਰਜਾਮੀ ਆ ਬਈ, ਤੇਰੇ ਦਿਲ ਦੀਆਂ ਤੂੰ ਜਾਣੇ, ਦੱਸੇ ਬਿਨਾਂ ਕੋਈ ਕਿਵੇਂ ਜਾਣੇ? ਬਚਨੀ ਨੇ ਸਭ ਜਾਣਦਿਆਂ ਪੁੱਛਦਿਆਂ ਪੁੱਛਿਆ। ਬਚਨੋ ਅੰਦਰੋਂ ਬੜੀ ਖੁਸ਼ ਹੋਈ। ਉਹ ਬੜੇ ਚਿਰ ਦੀ ਰੂਪ ਦੀ ਜਵਾਨੀ ਤੇ ਮਰਦੀ ਸੀ। ਉਹ ਰੂਪ ਦੇ ਸ਼ਰੀਕੇ ਕਬੀਲੇ ਚੋਂ ਉਹਦੀ ਭਾਬੀ ਲੱਗਦੀ ਸੀ। ਬਚਨੋ ਦੇ ਮਾਲਕ ਸਾਧੂ ਸਿੰਘ ਦਾ ਇਹ ਦੂਜਾ ਵਿਆਹ ਸੀ। ਉਸਦੀ ਉਮਰ ਘਰਵਾਲੀ ਨਾਲੋਂ 15 ਵਰੇ ਵੱਡੀ ਸੀ ਅਤੇ ਰੇਸ਼ੇ ਦੀ ਬਿਮਾਰੀ ਨਾਲ ਥੋੜ੍ਹਾ ਜੁੜਿਆ ਰਹਿੰਦਾ ਸੀ। ਭਾਵੇਂ ਬਚਨੋ ਰੂਪ ਨਾਲੋਂ 7-8 ਵਰੇ ਵੱਡੀ ਸੀ, ਪਰ ਫਿਰ ਵੀ ਜਵਾਨੀ ਬੁੱਢੇ ਹੱਡਾਂ ਨਾਲੋਂ ਅਲੂਏ ਪਿੰਡ ਵੱਲ ਕੁਦਰਤੀ ਖਿੱਚ ਰੱਖਦੀ ਹੈ। ਬਚਨੋ ਬਹੁਤ ਹੁਸ਼ਿਆਰ ਤੇ ਖਚਰੀ ਸੀ। ਕਈ ਬੰਦੇ ਖਚਰੀ ਚਲਾਕੀ ਨੂੰ ਸਿਆਣਪ ਸਮਝਦੇ ਹਨ। ਬਚਨੋ ਨੂੰ ਆਪਣੀ ਅਜਿਹੀ ਸਿਆਣਪ ਤੇ ਬੜਾ ਮਾਣ ਸੀ। ਚੰਚਲਤਾ ਔਰਤ ਦੀ ਕੁਦਰਤ ਨੂੰ ਹਰ ਪਹਿਲੂ ਤੋਂ ਨੰਗਿਆ ਕਰ ਦਿੰਦੀ ਹੈ। ਇਸ ਦੇ ਉਲਟ ਰੂਪ ਸ਼ੀਲ ਸੁਭਾਅ, ਖਰਚੀਏ ਤੇਰੀਆਂ ਬਰਛੀਆਂ ਰਾਤ ਦਿਨ ਢਾਕੇ ਮਾਰਦੀਆਂ, ਮਰ ਜਾਣ ਤੇਰੀਆਂ ਅੱਖਾਂ, ਅਸੀਂ ਤੇਰੇ ਕਿੱਥੇ ਪਸੀਨੇ ਆ, ਤੈਨੂੰ ਤਾਂ ਰੂਪ ਦਾ ਹੰਕਾਰ। ਨਾ ਭਾਬੀ, ਸੌ ਗਊ, ਮੇਰੇ ਚਿੱਤ ਚ ਉੱਕੀ ਕੋਈ ਗੱਲ ਨਹੀਂ, ਮੈਨੂੰ ਐਵੇਂ ਭਰਮ ਵੱਡ ਵੱਡ ਖਾ ਜਾਂਦਾ। ਇਹਦਾ ਤਾਂ ਪਰਤਾਵਾ ਆ ਹੀ ਜਾਵੇਗਾ। ਬਚਨੋ ਨੇ ਗੋਹੇ ਦੀ ਲਿਬੜੀ ਕੜਾਹੀ ਧੋਂਦਿਆਂ ਕਿਹਾ, ਜਦੋਂ ਤੇਰਾ ਚਿੱਤ ਕਰੇ ਪਰਤਾ ਲੈ। ਰੂਪ ਨੇ ਬਚਨੋ ਦੀਆਂ ਅੱਖਾਂ ਇੱਕ ਦੂਜੇ ਨੂੰ ਮੁਸਕਰਾਉਂਦਿਆਂ ਕੁਝ ਸਮਝਾ ਰਹੀਆਂ ਸਨ, ਜਿਹੜਾ ਕੁਝ ਸੰਗਦਿਆਂ ਮਨੁੱਖ ਕਦੇ ਆਖ ਨਹੀਂ ਸਕਦਾ। ਵਾੜੇ ਵਿੱਚੋਂ ਘੱਗਰਾ ਪਾ ਕੇ ਬਾਹਰ ਨਿਕਲੀ। ਚੜ੍ਹਦੇ ਵੱਲ ਲਾਲੀ ਦਾ ਪ੍ਰਕਾਸ਼ ਦੱਸਦਾ ਸੀ ਕਿ ਸੂਰਜ ਨਿਕਲਣ 'ਚ ਬਹੁਤੀ ਦੇਰ ਨਹੀਂ। ਬਚਨੋ ਦੀ ਬੁੱਕਲ ਰਕਾਨਾ ਵਾਂਗ ਮਾਰੀ ਹੋਈ ਸੀ ਅਤੇ ਘੁੰਡ ਨੂੰ ਸੂਟ ਕਰਦਿਆਂ ਇੱਕ ਲੋਹਣੀ ਸੈਨਤ ਮਾਰੀ। ਰੂਪ
ਅਸੀਸ ਵੱਟ ਕੇ ਰਹਿ ਗਿਆ। ਬਚਨੋ ਦੀ ਹਿੱਕ ਤੇ ਪਿਆ ਸੋਹਣੇ ਦਾ ਤਵੀਰ ਰੂਪ ਦਾ ਮੂੰਹ ਚਿਆੜ ਰਿਹਾ ਸੀ। ਉਸ ਜ਼ੋਰ ਦੀ ਕਹੀ ਪੀਣ ਪਰਨੇ ਭੁੰਬੇ ਮਾਰੀ ਤੇ ਬੁੱਲਾਂ ਨੂੰ ਦੰਦਾਂ ਹੇਠ ਤੋੜਦਾ ਕਿਆਰਾ ਮੋੜਨ ਚਲਿਆ ਗਿਆ। ਰੂਪ 18 ਵਰਿਆਂ ਦਾ ਅੰਨ ਦਾੜੀਆ ਗੱਭਰੂ ਸੀ। ਉਸ ਵਰਗਾ ਸੋਹਣਾ ਉੱਚਾ ਲੰਮਾ ਤੇ ਭਰਿਆ ਜਵਾਨ ਨੇੜੇ ਤੇੜੇ ਨਹੀਂ ਸੀ। ਜਿਵੇਂ ਸੋਹਣੀ ਦੇ ਮਾਪਿਆਂ ਨੇ ਆਪਣੀ ਧੀ ਦਾ ਨਾਂ ਸੋਹਣੀ ਕਰਕੇ ਸੋਹਣੀ ਰੱਖਿਆ ਸੀ, ਇਸ ਤਰ੍ਹਾਂ ਹੀ ਰੂਪ ਦੇ ਮਾਂ ਪਿਓ ਨੇ ਰੂਪ ਦੀ ਸੁੰਦਰਤਾ ਕਰਕੇ ਇਸਦਾ ਨਾਮ ਰੂਪ ਰੱਖਿਆ ਸੀ। ਸਿਹਤ ਆਪਣੇ ਆਪ ਵਿੱਚ ਨਰੋਇਆ ਹੁਸਨ ਹੈ। ਨਕਸ਼ਾਂ ਦੀ ਤੀਖਣਤਾ ਨਾਲ ਗੋਰਾ ਰੰਗ ਮਿੱਠਾ ਪਿਆਰ ਬਣ ਗਿਆ ਸੀ, ਪਰ ਇਹਨਾਂ ਦੋਹਾਂ ਵਿੱਚ ਸਿਹਤ ਭਰਪੂਰ ਜਵਾਨ ਲਹੂ ਨੂੰ ਸੁਹਾਗ ਸੰਗ ਜੱਫੀ ਵਿੱਚ ਘੁੱਟ ਸੁੱਟਿਆ ਸੀ। ਲੰਘਦੇ ਪਾਂਦੀ ਰੂਪ ਨੂੰ ਵੇਖ ਕੇ ਇੱਕ ਹਸਰਤ ਨਾਲ ਲੈ ਜਾਂਦੇ ਕਿ ਉਹਨਾਂ ਨਵੇਂ ਪਿੰਡ ਵਿੱਚ ਰੱਬ ਦੀ ਕਿਤੇ ਵਿਹਲੇ ਬਹਿ ਕੇ ਬਣਾਈ ਸੂਰਤ ਵੇਖੀ ਹੈ। ਉਹ ਸਧਾਰਨ ਆਦਮੀ ਲਈ ਲੋੜੇ ਦੀ ਖਿੱਚ ਰੱਖਦਾ ਸੀ। ਉਸਦੇ ਮਾਂ ਪਿਓ ਨੂੰ ਮਰਿਆਂ ਚਿਰ ਹੋ ਗਿਆ ਸੀ। ਇੱਕ ਵੱਡੀ ਭੈਣ ਬਸੰਤ ਕੌਰ ਸੀ, ਜਿਸਦਾ ਵਿਆਹ ਉਸਦੇ ਪਿਓ ਨੇ ਆਪਣੀ ਜਿਉਂਦੇ ਜੀ ਕਰ ਦਿੱਤਾ ਸੀ ਅਤੇ ਉਹ ਆਪਣੇ ਸਹੁਰੀ ਸੁਖੀ ਵਸਦੀ ਸੀ। ਛੋਟੀ ਉਮਰ 'ਚ ਹੀ ਰੂਪ ਨੂੰ ਉਸਦੇ ਪਿਤਾ ਨੂੰ ਦੁੱਧ ਘਿਓ ਖੁੱਲ੍ਹਾ ਖਾਣ ਨੂੰ ਦਿੱਤਾ ਸੀ। ਉਹ ਸਾਲਾਂ ਨੂੰ ਮਹੀਨੇ ਅਤੇ ਮਹੀਨਿਆਂ ਨੂੰ ਦਿਨ ਅਤੇ ਮਹੀਨਿਆਂ ਨੂੰ ਦਿਨ ਬਣਾ ਕੇ ਜਵਾਨੀ ਚੜ੍ਹਿਆ ਸੀ। ਪਿਤਾ ਦੀ ਮੌਤ ਪਿੱਛੋਂ ਵੀ ਘਰ ਦੋ ਲਵੇਰੀਆਂ ਰਹੀਆਂ ਸਨ। ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ। ਉਸਦਾ ਆਪਣਾ ਵਿਆਹ ਮਾਤਾ ਪਿਤਾ ਸੁਰਗਵਾਸ ਹੋਣ ਪਿੱਛੋਂ ਹੋਇਆ ਸੀ। ਉਹਨਾਂ ਦਿਨਾਂ ਵਿੱਚ ਘਰ ਨੂੰ ਭੈਣ ਬਸੰਤ ਕੌਰ ਨੇ ਸਾਂਭਿਆ, ਪਰ ਉਹ ਬਹੁਤਾ ਸਮਾਂ ਇੱਥੇ ਨਾ ਟਿਕ ਸਕੀ ਕਿਉਂਕਿ ਉਸਦੇ ਆਪਣੇ ਸਹੁਰੇ ਘਰ ਵੀ ਦੋ ਹਾਲ ਦੀ ਵਾਹ ਹੀ ਚੱਲਦੀ ਸੀ ਅਤੇ ਇੱਥੋਂ ਨਾਲੋਂ ਕੰਮ ਵੀ ਤਿੱਗਣਾ ਸੀ। ਰੂਪ ਦੀ ਆਪਣੀ ਵਹੁਟੀ ਨਾਲ ਛੇਤੀ ਅਣਬਣ ਹੋ ਗਈ ਕਿਉਂਕਿ ਉਹ ਯਾਰਾਂ ਦੀ ਢਾਣੀ ਵਿੱਚ ਬੈਠਾ ਚਿਰ ਲਾ ਦਿੰਦਾ ਸੀ ਅਤੇ ਅੱਧੀ ਰਾਤ ਗਈ ਘਰ ਆਉਣ 'ਤੇ ਘਰਵਾਲੀ ਝਗੜਾ ਕਰਦੀ ਸੀ। ਰੂਪ ਨੇ ਆਪਣੀ ਪਹਿਲੀ ਉਮਰ 'ਚ ਰੱਜ ਕੇ ਆਜ਼ਾਦੀ ਮੰਗ ਜਾਂਦੀ ਹੈ ਅਤੇ ਜ਼ਿੰਦਗੀ ਦੀਆਂ ਬਾਹਰਲੀਆਂ ਅਦਾਵਾਂ ਵਿੱਚੋਂ ਨਿਕਲ ਕੇ ਅੰਦਰ ਰਸ ਵਰਤਨ ਹੋ ਜਾਂਦੀ ਹੈ। ਸਭ ਕੁਝ ਜਾਣਦਿਆਂ ਬੁੱਝਦਿਆਂ ਬਚਨੋ ਨੇ ਰੂਪ ਨੂੰ ਪਰਤਾਉਣ ਲਈ ਕਿਹਾ। ਦਿਨ ਸੌਦਾ ਕਰਦਿਆਂ ਦਿਹਾੜੀ ਲੰਘ ਜਾਂਦੀ, ਪਰ ਰਾਤ ਨੂੰ ਹਨੇਰੇ ਵਿੱਚ ਡੁੱਬ ਜਾਂਦੇ ਜੀ ਨੂੰ ਕੌਣ ਧਰਵਾਸ ਦਿੰਦਾ। ਜੇਕਰ ਰੂਪ ਦੇ ਘਰ ਵਾਲੀ ਥੋੜ੍ਹਾ ਗਿੱਲਾ ਮਰੋੜ ਮਹਿਸੂਸ ਕਰਕੇ ਪੇਕੀ ਚਲੀ ਜਾਂਦੀ, ਫਿਰ ਉਸਨੂੰ ਪਿੱਛਾ ਵਿਗੋਚਦੇ ਦਾ ਫਿਕਰ ਤੋੜ ਖਾਂਦਾ ਹੈ। ਇੱਕ ਸਾਲ ਦੇ ਸਮੇਂ ਵਿੱਚ ਇਹ ਖਿੱਚੋਤਾਣ ਦੋਹਾਂ ਵਿਚਕਾਰ ਵਧੇਰੇ ਹੋ ਗਈ। ਰੂਪ ਇਹਨਾਂ ਵਿੱਚ ਉਸਦੇ ਧੌਂਸ ਵੀ ਦਿੰਦਾ ਸੀ। ਉਸਦੀ ਮੂੰਹ ਜ਼ੋਰ ਜਵਾਨੀ ਵਿੱਚ ਦਾਬੇ ਦੀਆਂ ਰੁਚੀਆਂ ਕੁਦਰਤੀ ਜਾਗ ਰਹੀਆਂ ਸਨ, ਜਿਹੜੀਆਂ ਮਰਦ ਮਨੁੱਖ ਔਰਤ ਨੂੰ ਗੁਲਾਮ ਰੱਖਣ ਲਈ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਵਿਰਾਸਤ ਵਿੱਚ ਲੈਂਦਾ ਹੈ।
ਰੂਪ ਦੀ ਹੁਸਨ ਜਵਾਨੀ ਤੇ ਉਸਦੀ ਵਹੁਟੀ ਨੂੰ ਇੱਕ ਤਰ੍ਹਾਂ ਸ਼ੱਕੀ ਕਰ ਦਿੱਤਾ ਸੀ। ਉਹ ਰੂਪ ਦੇ ਸੁਹੱਪਣ ਸਾਹਵੇ ਰੁਪਈਏ ਵਿੱਚ ਇੱਕ ਆਨਾ ਵੀ ਨਹੀਂ ਸੀ। ਅਜਿਹੀ ਅਵਸਥਾ ਵਿੱਚ ਔਰਤ ਆਪਣੇ ਮਰਦ ਦੀ ਸੱਚੀ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੀ ਅਤੇ ਉਸਦੇ ਵਿਰੋਧ ਵਿੱਚ ਹਰ ਨਿਰਮੂਲ ਗੱਲ ਦਾ ਅਸਰ ਕਬੂਲ ਜਾਂਦੀ ਹੈ। ਖਿੱਚੋ ਤਾਣ ਇੱਕ ਤਰ੍ਹਾਂ ਦੀ ਲੜਾਈ ਵਿੱਚ ਬਦਲ ਗਈ ਤੇ ਰੂਪ ਔਖਾ ਹੋਇਆ ਉਸਨੂੰ ਮਾਰਨ ਲੱਗ ਜਾਂਦਾ। ਦੁਖੀ ਹੋਇਆ ਰੂਪ ਇਹ ਜੰਜਾਲ ਗਲੋਂ ਲਾਹ ਦੇਣਾ ਚਾਹੁੰਦਾ। ਅਖੀਰ ਇੱਕ ਦਿਨ ਝਗੜਾ ਇੱਥੋਂ ਤੱਕ ਵਧਿਆ ਕਿ ਰੂਪ ਨੇ ਉਸਨੂੰ ਸਦਾ ਲਈ ਪੇਕੇ ਵਾੜ ਦਿੱਤਾ ਤੇ ਆਪ ਵੀ ਕਦੇ ਉਸਨੂੰ ਲੈਣ ਨਹੀਂ ਗਿਆ। ਕਈ ਮਹੀਨੇ ਲੰਘ ਜਾਣ ਪਿੱਛੋਂ ਉਹਦੇ ਸਹੁਰਿਆਂ ਤੋਂ ਪੰਚਾਇਤ ਜੁੜ ਕੇ ਆਈ, ਪਰ ਉਸਨੇ ਪੰਚਾਇਤ ਨੂੰ ਸਾਫ਼ ਸਾਫ਼ ਜਵਾਬ ਦੇ ਕੇ ਮੋੜ ਦਿੱਤਾ। ਉਹ ਕਈ ਵਾਰ ਇਸ ਮਾਮਲੇ ਵਿੱਚ ਆਪਣਾ ਦੋਸ਼ੀ ਹੋਣਾ ਵੀ ਮੰਨਦਾ ਹੈ, ਪਰ ਵਧੇਰੇ ਮੂੰਹ ਜ਼ੋਰ ਤੇ ਵਧੇਰੇ ਕੱਬੀ ਹੋਣ ਦਾ ਖਿਆਲ ਉਸਦੇ ਕਸੂਰ ਨੂੰ ਢੱਕ ਲੈਂਦਾ ਹੈ। ਉਹ ਆਪਣੀ ਵਹੁਟੀ ਨੂੰ ਛੱਡ ਕੇ ਤੇ ਦਿਲੋਂ ਭੁਲਾ ਕੇ ਪ੍ਰਸੰਨ ਸੀ। ਇੱਕ ਕੀਮਤੀ ਚੀਜ਼ ਵੀ ਜਦ ਜ਼ਿੰਦਗੀ ਲਈ ਭਾਰ ਸਾਬਤ ਹੁੰਦੀ ਹੈ ਤਾਂ ਉਸਨੂੰ ਤਿਆਗਣ ਦਾ ਅਫਸੋਸ ਸਤਾਉਣ ਦਾ ਕਾਰਨ ਨਹੀਂ ਬਣਦਾ। ਅੱਜ ਰੂਪ ਨੂੰ ਆਪ ਹਲਟ ਜੋੜਨਾ ਪਿਆ ਸੀ ਕਿਉਂਕਿ ਉਸਦਾ ਸੀਰੀ ਕਈ ਦਿਨਾਂ ਦਾ ਕਿਸੇ ਰਿਸ਼ਤੇਦਾਰ ਵਿੱਚ ਗਿਆ ਹੋਇਆ ਸੀ। ਰੂਪ ਦੇ ਬੋਤੇ ਨੂੰ ਮਾਰੇ ਹੋ ਕੇ ਨੇੜੇ ਦੇ ਘਰਾਂ ਤੱਕ ਸਾਫ਼ ਸੁਣਦੇ ਸਨ। ਚੁੱਪ ਫਿਜ਼ਾ ਵਿੱਚ ਆਵਾਜ਼ ਦੂਰ ਤੱਕ ਚਲੀ ਜਾਂਦੀ ਹੈ। ਬਚਨੋ ਤੇ ਰੂਪ ਦੇ ਘਰ ਖੂਹ ਤੋਂ ਦੂਰ ਨਹੀਂ ਸਨ। ਰੂਪ ਦੇ ਲਲਕਾਰਿਆਂ ਨੇ ਬਚਨੀ ਨੂੰ ਅੱਜ ਸਵਕਤੇ ਹੀ ਜਗਾ ਦਿੱਤਾ ਸੀ। ਛੇਤੀ ਦੁੱਧ ਰਿੜਕ ਉਸ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਪਾਥੀਆਂ ਪੱਥ ਕੇ ਰੂਪ ਨੂੰ ਮਿਲਣ ਦਾ ਮੌਕਾ ਮਸੀ ਹੱਥ ਲਿਆ ਸੀ। ਜ਼ਿੰਦਗੀ ਪਿਆਰ ਦੀ ਆਸ਼ਿਕ ਹੈ, ਪਰ ਜਵਾਨੀ ਪਿਆਰ ਵਿੱਚ ਕਤਲ ਹੈ। ਫਿਤਰਤ ਜ਼ਿੰਦਗੀ ਨੂੰ ਉਸਦੀਆਂ ਲੋੜਾਂ ਅਨੁਸਾਰ ਹਸਾਉਂਦੀ ਤੇ ਜ਼ਖਮੀ ਕਰਦੀ ਹੈ। ਖੂਹ ਚੱਲ ਰਿਹਾ ਸੀ ਤੇ ਰੂਪ ਦੇ ਦਿਮਾਗ ਵਿੱਚ ਬਚਨੋ ਦੇ ਖਿਆਲ ਘੁੰਮ ਰਹੇ ਸਨ। ਉਸ ਸੋਚਦਾ, ਬਚਨੀ ਮੇਰੇ ਨਾਲ ਇੰਨੀਆਂ ਖੁੱਲ੍ਹ ਕੇ ਗੱਲਾਂ ਕਿਉਂ ਕਰਦੀ ਰਹੀ? ਉਸਦੀਆਂ ਨਜ਼ਰਾਂ ਥੋੜ੍ਹੇ ਸਮੇਂ ਤੋਂ ਕਿਸੇ ਚੋਹ ਮੋਹ ਵਿੱਚ ਰਹਿੰਦੀਆਂ। ਸਾਧੂ ਵੀ ਹੁਣ ਦਿਨੋਂ ਦਿਨ ਮਾਤ ਪੈਂਦਾ ਜਾਂਦਾ ਏ ਤੇ ਇਹਦੀ ਜਵਾਨੀ ਹਾਲੇ ਖਸਮ ਨੂੰ ਖਾਂਦੀ ਏ। ਇੱਕ ਕੁੜੀ ਜੰਮ ਕੇ ਵੀ ਕੋਈ ਬੁੱਢੀ ਹੋ ਜਾਂਦੀ ਏ, ਇਹਦੇ ਸਰੀਰ ਦੀ ਤਾਂ ਜੜਤੀ ਹੀ ਲਿਖਵਾ ਦੇ। ਜਦੋਂ ਲੀੜੇ ਪਾ ਕੇ ਨਿਕਲਦੀ ਹੈ ਤਾਂ ਸਾਲੀ ਦਾ ਮੁਸ਼ਕੀ ਰੰਗ ਮਹਿਕ ਉੱਠਦਾ ਹੈ। ਫਿਰ ਉਹ ਬਚਨੀ ਬਾਰੇ ਕੁਝ ਹੋਰ ਖਿਆਲ ਕਰਨ ਲੱਗ ਪਿਆ। ਭਲਾ ਅੱਜ ਉਹ ਮੇਰੇ ਕੋਲ ਇੰਨਾ ਚਿਰ ਕਿਉਂ ਬੈਠੀ ਰਹੀ ਤੇ ਮੈਂ ਕੁਝ ਪੁੱਛਿਆ ਵੀ ਨਾ ਤੇ ਉਹਨੂੰ ਸ਼ਰਮ ਆ ਗਈ। ਉਸਨੇ ਆਲੇ ਦੁਆਲੇ ਨੂੰ ਤੱਕਿਆ ਜਿਵੇਂ ਉਹ ਕੁਝ ਚੋਰੀ ਕਰਦਾ ਫੜਿਆ ਗਿਆ ਹੋਵੇ। ਫਿਰ ਉਹ ਹੇਠਲਾ ਬੁੱਲ ਦਬਾ ਕੇ ਹੱਸ ਪਿਆ। ਉਸਦੀ ਘਰਵਾਲੀ ਨੂੰ ਛੱਡਿਆ ਪੂਰੇ 6 ਮਹੀਨੇ ਹੋ ਗਏ ਸਨ ਤੇ ਸਾਖ ਹਾਲੇ ਕੋਈ ਨਹੀਂ ਹੋਇਆ ਸੀ। ਛੱਡੀ ਵੋਟੀ ਤੋਂ ਕੋਈ ਛੇਤੀ ਸਾਖ ਨਹੀਂ ਸੀ ਕਰਦਾ। ਉਸਦੀ ਕੁੱਲ ਜ਼ਮੀਨ 10 ਕੁਮਾ ਸੀ।
ਨਵੇਂ ਪਿੰਡ ਦੀ 10 ਕਮਾਂ ਲਾਇਲਪੁਰ ਦੀਆਂ 12 ਦੇ 1 ਮੁਰੱਬੇ ਦਾ ਮੁਕਾਬਲਾ ਕਰਦੀ ਸੀ। ਸਾਰੀ ਜ਼ਮੀਨ ਕੱਸੀ ਜਾਂ ਖੂਹ ਤੇ ਸੀ। ਰੂਪ ਦਾ ਪਿਤਾ ਪਹਿਲੀ ਉਮਰ ਵਿੱਚ ਅਮਰੀਕਾ ਹੋ ਆਇਆ ਸੀ, ਜਿਸ ਕਰਕੇ ਘਰ ਵਿੱਚ ਪੈਸੇ ਵੱਲੋਂ ਪੜ੍ਹਾਈ ਨਹੀਂ ਗਈ ਸੀ। ਭਾਵੇਂ ਸਾਰਾ ਕੁਝ ਰੂਪ ਦੀ ਭੈਣ ਦੇ ਹੱਥ ਵਸ ਹੋਣ ਕਰਕੇ ਚੋਰੀ ਛਿਪੇ ਉਹ ਕੁਝ ਲੈ ਗਈ ਸੀ, ਪਰ ਰੂਪ ਦੇ ਖਾਣ ਪੀਣ ਲਈ ਕਾਫੀ ਕੁਝ ਸੀ। ਕਈ ਇੱਕ ਆਉਂਦੇ ਸਾਹ ਸਨ, ਉਹ ਕਿਸੇ ਛੱਡੀ ਪਤਨੀ ਦਾ ਵੱਡਾ ਨੁਕਸ ਸਮਝਦੇ ਸਨ। ਪਿਤਾ ਦੇ ਮਰਨ ਪਿੱਛੋਂ ਉਹ 8ਵੀਂ ਚੋਂ ਹਟ ਗਿਆ ਸੀ ਤੇ ਜੋ ਕੁਝ ਆਉਂਦਾ ਸੀ ਭੁੱਲ ਚੁੱਕਾ ਸੀ ਜਾਂ ਭੁੱਲਦਾ ਜਾ ਰਿਹਾ ਸੀ। ਪਹਿਲੀ ਉਮਰ 'ਚ ਉਸਨੂੰ ਵਿੱਦਿਆ ਨਾਲੋਂ ਹਾਣੀ ਮੁੰਡਿਆਂ ਦੀ ਖੇਡ ਦਾ ਸ਼ੁਗਲ ਪਿਆਰਾ ਸੀ। ਰੂਪ ਸੱਚੀ ਵੇਖਦਾ ਵੇਖਦਾ ਖੂਹ ਵੱਲ ਨੂੰ ਮੁੜਿਆ, ਉਸ ਬੋਤੇ ਨੂੰ ਇੱਕ ਵਾਰ ਰੋਕ ਕੇ ਦਮ ਦਵਾਇਆ। ਦਮ ਲੈ ਕੇ ਬੋਤਾ ਦੂਣਾ ਹੋ ਕੇ ਵਗਦਾ ਸੀ। ਜਦ ਉਸ ਬੋਤੇ ਨੂੰ ਤੋੜਿਆ ਤਾਂ ਉਦੋਂ ਬਚਨੇ ਪਿੰਡ ਵਿੱਚੋਂ ਖਾਲੀ ਟੋਕਰੀ ਚੁੱਕੀ ਆ ਰਹੀ ਸੀ। ਰੂਪ ਨੂੰ ਉਹਦੀ ਤੋੜ ਮੁਰਗਾਈ ਭਰਦੀ ਜਾਪੀ। ਵਾੜੇ ਵੜਦਿਆਂ ਬਚਨੋਂ ਅਨੋਖੀ ਸਹਿਨਤ ਵਿੱਚ ਮੁਸਕੁਰਾਈ। ਰੂਪ ਨੇ ਤੁੜਤੁੜੀ ਲੈਂਦਿਆਂ ਮਹਿਸੂਸ ਕੀਤਾ ਜਿਵੇਂ ਉਸਦੀਆਂ ਅੱਖਾਂ ਬੁਲਾਵਾ ਦੇ ਰਹੀਆਂ ਹੋਣ। ਉਸ ਤੋਂ ਬਚਨੋਂ ਦਾ ਇੰਝ ਮੁਸਕੁਰਾਉਣਾ ਸਹਾਰਿਆ ਨਾ ਗਿਆ। ਉਸ ਵਾੜੇ ਦੇ ਪਿਛਲੇ ਪਾਸੇ 4 ਚੁਫੇਰੇ ਨਜ਼ਰ ਮਾਰੀ, ਉਸਨੂੰ ਕੋਈ ਨਹੀਂ ਸੀ ਵੇਖ ਰਿਹਾ। ਉਹ ਬੜੀ ਫੁਰਤੀ ਨਾਲ ਕੰਧ ਟੱਪ ਗਿਆ। ਬਚਨੋਂ ਦੀਆਂ ਅੱਖਾਂ 'ਤੇ ਬੁੱਲ ਗੁੱਜੇ ਹੱਸ ਰਹੇ ਸਨ ਅਤੇ ਉਹ ਛੋਟੀ ਜਿਹੀ ਪਾਥੀ ਗਹਿਰੀ ਵਿੱਚੋਂ ਪਾਥੀਆਂ ਕੱਢ ਕੱਢ ਆਪਣੀ ਟੋਕਰੀ ਵਿੱਚ ਰੱਖ ਰਹੀ ਸੀ। ਉਸ ਰੂਪ ਤੋਂ ਹੌਲੀ ਜਿਹੇ ਪੁੱਛਿਆ, ਉਸ ਧੜਕਦੇ ਦਿਲ ਨਾਲ ਬਚਨੋਂ ਦੀ ਬਾਂਹ ਫੜ ਲਈ। ਦੂਜੇ ਹੱਥ ਨਾਲ ਬਚਨੋਂ ਨੇ ਗਹਿਰੀ 'ਚੋਂ ਪਾਥੀ ਖਿੱਚੀ ਅਤੇ ਸਾਰੀ ਗਹਿਰੀ ਢਹਿ ਗਈ। ਬਚਨੋਂ ਨੀਂਦ ਰਜ਼ਾਮੰਦੀ ਵਿੱਚ ਬਾਂਹ ਛੁਡਾਉਣ ਦਾ ਯਤਨ ਕਰ ਰਹੀ ਸੀ। ਉਹ ਸਹੁੰ ਭਰਾ ਦੀ ਬਚਨੋਂ ਖੁਦ ਰੂਪ ਨੂੰ ਨਹੀਂ ਛੱਡਣਾ ਚਾਹੁੰਦੀ ਸੀ, ਪਰ ਉਹ ਆਪਣੇ ਸਵਾਰਥ ਦੀ ਜਿੱਤ ਨਾਲੋਂ ਸੱਚੀ ਵੀ ਰਹਿਣਾ ਚਾਹੁੰਦੀ ਸੀ, ਜਿਸਨੂੰ ਰੂਪ ਅੱਲੜ ਸੁਭਾਅ ਵਿੱਚ ਨਹੀਂ ਸਮਝ ਸਕਦਾ ਸੀ। ਉਹਨਾਂ ਕਾਰਨਾਂ ਨੂੰ ਉਹ ਦੋਵੇਂ ਨਹੀਂ ਸਮਝਦੇ ਸਨ ਜਿਨ੍ਹਾਂ ਨੇ ਦੋਵਾਂ ਨੂੰ ਖਿੱਚ ਕੇ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ। ਘਰ ਨੂੰ ਜਾਂਦੀ ਬਚਨੋਂ ਪਰਸੇਮ ਚਿੱਤ ਸੋਚ ਰਹੀ ਸੀ ਕਿ ਚੰਗਾ ਹੋਵੇ ਜੇ ਰੂਪ ਨਿੱਤ ਦੀ ਹਲਟ ਜੋੜਿਆ ਕਰੇ। ਸੁਣਾਵਾਂ ਮੇ ਮੁੰਡਿਆ ਫੁੱਲ ਵਾਲਿਆ, ਸੁਣੇ ਮੁੰਡਿਆ ਫੁੱਲ ਵਾਲਿਆ, ਫੁੱਲ ਤੇਰਾ ਲਾ ਦਾਂਗੇ, ਫੁੱਲ ਤੇਰਾ ਲਾ ਦਾਂਗੇ, ਜੁੱਤੀ ਮਾਰ ਕੇ ਮੁਲਾਜਾ ਪਾ ਲਾਂਗੇ, ਜੁੱਤੀ ਮਾਰ ਕੇ ਮੁਲਾਜਾ ਪਾ ਲਾਂਗੇ, ਜੁੱਤੀ ਮਾਰ ਕੇ ਮੁਲਾਜਾ ਪਾ ਲਾਂਗੇ।